ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ। ਹੋਰ ਕੀ ਹਾਲ ਚਾਲ ਹੈ ਜੀ? ਭਾਅ ਜੀ, ਮੈਂ ਕਮਲਜੀਤ ਬੋਲਦਾ ਇੱਥੋਂ ਆਪਣੇ। ਮੈਂ ਪਹਿਲਾਂ ਦੁਬਈ ਰਹਿੰਦਾ ਹੁੰਦਾ ਸੀ ਭਾਅ ਜੀ, ਉਦੋਂ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਈ ਵਾਰੀ। ਹਾਂਜੀ, ਪਹਿਲਾਂ ਮੈਂ ਸੀਗਾ ਇੰਡੀਆ ਪੰਜਾਬ ਆਪਣੇ ਹੁਸ਼ਿਆਰਪੁਰ ਟਾਂਡੇ 'ਚ, ਅਤੇ ਉੱਥੇ ਮੈਂ ਪਹਿਲਾਂ ਚੌਂਕੀਦਾਰ ਮਤਲਬ ਸਿਕਿਉਰਿਟੀ ਗਾਰਡ ਕਰਦਾ ਹੁੰਦਾ ਸੀਗਾ। ਅਤੇ ਉਦੋਂ ਮੈਂ ਰਾਤ ਨੂੰ ਫਿਰ ਵੀਡੀਓ ਤੁਹਾਡੀ ਕਾਫੀ ਦੇਖਦਾ ਹੁੰਦਾ ਸੀਗਾ। ਹਾਂਜੀ, ਉਦੋਂ ਫਿਰ ਮੈਨੂੰ ਥੋੜ੍ਹੀ ਬਹੁਤ ਨੌਲੇਜ ਇੱਦਾਂ ਮਿਲੀ ਕਿ ਦੁਬਈ ਜਾਣਾ ਚਾਹੀਦਾ। ਫਿਰ ਮੈਂ ਦੁਬਈ ਗਿਆ, ਅਤੇ ਉਦੋਂ ਫਿਰ ਤੁਹਾਡੇ ਨਾਲ ਗੱਲਬਾਤ ਮੇਰੀ ਹੋਈ ਸੀਗੀ ਉੱਥੇ, ਜਿਹੜੇ ਮੇਰਾ ਲਾਇਸੈਂਸ ਬਣ ਗਿਆ ਸੀ, ਮੈਂ ਤੁਹਾਨੂੰ ਦੱਸਿਆ ਸੀ। ਫਿਰ ਤੁਹਾਡੇ ਵਟਸਐਪ ਗਰੁੱਪ 'ਚ ਵੀ ਸੀ। ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ। ਹੋਰ ਕੀ ਹਾਲ ਚਾਲ ਹੈ ਜੀ? ਭਾਅ ਜੀ, ਮੈਂ ਕਮਲਜੀਤ ਬੋਲਦਾ ਇੱਥੋਂ ਆਪਣੇ। ਮੈਂ ਪਹਿਲਾਂ ਦੁਬਈ ਰਹਿੰਦਾ ਹੁੰਦਾ ਸੀ ਭਾਅ ਜੀ, ਉਦੋਂ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਈ ਵਾਰੀ। ਹਾਂਜੀ, ਪਹਿਲਾਂ ਮੈਂ ਸੀਗਾ ਇੰਡੀਆ ਪੰਜਾਬ ਆਪਣੇ ਹੁਸ਼ਿਆਰਪੁਰ ਟਾਂਡੇ 'ਚ, ਅਤੇ ਉੱਥੇ ਮੈਂ ਪਹਿਲਾਂ ਚੌਂਕੀਦਾਰ ਮਤਲਬ ਸਿਕਿਉਰਿਟੀ ਗਾਰਡ ਕਰਦਾ ਹੁੰਦਾ ਸੀਗਾ। ਅਤੇ ਉਦੋਂ ਮੈਂ ਰਾਤ ਨੂੰ ਫਿਰ ਵੀਡੀਓ ਤੁਹਾਡੀ ਕਾਫੀ ਦੇਖਦਾ ਹੁੰਦਾ ਸੀਗਾ। ਹਾਂਜੀ, ਉਦੋਂ ਫਿਰ ਮੈਨੂੰ ਥੋੜ੍ਹੀ ਬਹੁਤ ਨੌਲੇਜ ਇੱਦਾਂ ਮਿਲੀ ਕਿ ਦੁਬਈ ਜਾਣਾ ਚਾਹੀਦਾ। ਫਿਰ ਮੈਂ ਦੁਬਈ ਗਿਆ, ਅਤੇ ਉਦੋਂ ਫਿਰ ਤੁਹਾਡੇ ਨਾਲ ਗੱਲਬਾਤ ਮੇਰੀ ਹੋਈ ਸੀਗੀ ਉੱਥੇ, ਜਿਹੜੇ ਮੇਰਾ ਲਾਇਸੈਂਸ ਬਣ ਗਿਆ ਸੀ, ਮੈਂ ਤੁਹਾਨੂੰ ਦੱਸਿਆ ਸੀ। ਫਿਰ ਤੁਹਾਡੇ ਵਟਸਐਪ ਗਰੁੱਪ 'ਚ ਵੀ ਸੀਗਾ ਮੈਂ ਕਾਫੀ 'ਚ, ਅਤੇ ਉਸ ਤੋਂ ਬਾਅਦ ਤੁਸੀਂ ਕਿਹਾ ਸੀ ਵਟਸਐਪ ਗਰੁੱਪ ਲੀਵ ਕਰ ਜਾਓ ਜੇ ਜਿਹਨੂੰ ਨੌਲੇਜ ਮਿਲ ਗਈ। ਫਿਰ ਮੈਂ ਲੀਵ ਕਰ ਗਿਆ ਸੀਗਾ। ਫਿਰ ਉਸ ਤੋਂ ਬਾਅਦ ਭਾਅ ਜੀ, ਜਿੱਦਾਂ ਜਿੱਦਾਂ ਨੌਲੇਜ ਮਿਲੀ ਸੀਗੀ, ਆਈਲੈਸ ਕਰੋ ਜਾਂ ਫਿਰ ਆਪਣਾ ਐਕਸਪੀਰੀਅੰਸ ਬਣਾਓ, ਉੱਦਾਂ ਫਿਰ ਮੈਂ ਆਪਣਾ ਐਕਸਪੀਰੀਅੰਸ ਬਣਾਇਆ ਨੌਲੇਜ ਲਈ ਭਾਅ ਜੀ। ਹਾਂਜੀ, ਆਈਲੈਸ ਕੀਤੀ। ਫਿਰ ਉਸ ਤੋਂ ਬਾਅਦ ਹੁਣ ਮੈਂ ਇੱਥੇ ਆਪਣੇ ਸਰੀ ਆ ਗਿਆ ਭਾਅ ਜੀ। ਹਾਂਜੀ, ਹੈਲੋ। ਹਾਂਜੀ ਭਾਅ ਜੀ, ਭਾਅ ਜੀ ਮੈਂ ਆਇਆ 14 ਤਰੀਕ ਨੂੰ। 14 ਤਰੀਕ ਤੋਂ ਫਿਰ ਸੇਮ ਨੰਬਰ ਸੁਮ ਨੰਬਰ ਉਹ ਭਾਅ ਜੀ ਨੇ ਫਿਰ ਅਪਲਾਈ ਕਰਵਾ ਦਿੱਤਾ ਸੀਗਾ। ਹਾਂਜੀ, ਫਿਰ ਉਸ ਤੋਂ ਬਾਅਦ ਜਿਹੜੇ ਸਾਨੂੰ ਲੈ ਕੇ ਆਏ ਇੱਥੇ ਸੇਮ ਨੰਬਰ। ਮੈਂ ਪਹਿਲਾਂ ਭਾਅ ਜੀ ਆਪਣੇ ਲਬਨਾਨ ਦੇ ਵਿੱਚ ਸੀਗਾ। ਹਾਂਜੀ, ਉੱਥੇ ਮੈਂ 7 ਸਾਲ ਕੰਮ ਕੀਤਾ, ਮੁੜ ਕੇ ਮੇਰੀ ਚੋਟ ਲੱਗਣ ਕਰਕੇ ਫਿਰ ਮੈਂ ਇੰਡੀਆ ਆ ਗਿਆ ਸੀਗਾ। ਉਸ ਤੋਂ ਬਾਅਦ ਫਿਰ ਮੈਂ ਯਾਨੀ ਕੋਈ ਕੰਮ ਕਰ ਨਹੀਂ ਸੀਗਾ, ਅਤੇ ਮੈਨੂੰ ਇੱਕ ਯਾਨੀ ਥੋਕ ਵਾਲੀ ਦੁਕਾਨ 'ਤੇ ਨਾ ਗਰੋਸਰੀ 'ਚ ਆਪਣੇ ਚੌਂਕੀ ਨਾਈਟ ਸਿਕਿਉਰਿਟੀ ਗਾਰਡ ਦਾ ਕੰਮ ਮਿਲਿਆ। ਅਤੇ ਫਿਰ ਨਾਈਟ ਫਿਰ ਮੈਂ ਉੱਥੇ ਵਾਈਫਾਈ ਲੱਗਾ ਹੁੰਦਾ ਸੀ, ਅਤੇ ਮੈਂ ਤੁਹਾਡੀ ਸਾਰੀਆਂ ਵੀਡੀਓ ਦੇਖਦਾ ਹੁੰਦਾ ਸੀਗਾ। ਹਾਂਜੀ, ਉਸਲੇ ਜਿਲ੍ਹੇ ਉਹਨਾਂ ਉਸ ਵੀਡੀਓ ਰਾਹੀਂ ਫਿਰ ਮੈਨੂੰ ਪਤਾ ਲੱਗਾ ਕਿ ਜਿੱਦਾਂ 5 ਬੈਂਡ ਚਾਹੀਏ, 4.5 ਬੈਂਡ ਉਸਲੇ ਸੀਗੇ, 4.5-5 ਬੈਂਡ ਚਾਹੀਦੇ, ਅਤੇ +2 ਹੋਣੀ ਚਾਹੀਦੀ ਆ। ਹਾਂਜੀ, ਫਿਰ ਦੁਬਈ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਗੁਲਫ ਦਾ। ਫਿਰ ਮੈਂ ਉਦੋਂ ਫਿਰ ਦੁਬਈ ਚਲ ਗਿਆ ਸੀ। ਹਾਂਜੀ, ਉਦੋਂ ਫਿਰ ਮੈਨੂੰ ਉਦੋਂ ਫਿਰ ਮੈਂ ਲਾਇਸੈਂਸ ਬਣਾ ਕੇ ਤੁਹਾਡੇ ਨਾਲ ਫਿਰ ਗੱਲਬਾਤ ਵੀ ਕੀਤੀ, ਉਦੋਂ ਮੈਂ ਵਟਸਐਪ ਗਰੁੱਪ ਦੇ ਵਿੱਚ ਵੀ ਸੀ ਤੁਹਾਡੇ ਨਾਲ। ਫਿਰ ਉਸ ਤੋਂ ਬਾਅਦ ਫਿਰ ਮੈਂ ਲੀਵ ਕਰ ਗਿਆ ਸੀਗਾ। ਹਾਂਜੀ, ਅਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਭਾਅ ਜੀ, ਇਹ ਤੁਹਾਡੀ ਗਾਈਡੈਂਸ ਸੀਗੀ, ਨਹੀਂ ਤਾਂ ਮੈਂ ਤਾਂ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ ਕਦੀ ਕੈਨੇਡਾ ਆ ਸਕੂੰਗਾ।